Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਜਿਹਾ ਜਿਸ਼ਾਨ ਨੇ ਸ਼ਿਵਿਕਾ ਨੂੰ ਲੱਭ ਲਿਆ ਨਾ ਤਾਂ ਸਮਝੋ ਸਾਡੀ ਖੇਡ ਖਤਮ, ਕਿਉਂਕਿ ਇਸ਼ਾਨ ਸ਼ਿਵਿਕਾ ਤੇ ਅੰਨਾ ਭਰੋਸਾ ਕਰਦਾ ਹੈ। ਇਸ ਲਈ ਉਹਦੀ ਹਰ ਇੱਕ ਗੱਲ ਮੰਨੇਗਾ ਤੇ ਜੇ ਉਹਨੂੰ ਪਤਾ ਚੱਲ ਗਿਆ ਕਿ ਅਸੀਂ ਸ਼ਿਵਿਕਾ ਨੂੰ ਪਿੱਛੋਂ ਤੰਗ ਕੀਤਾ ਤੇ ਉਹ ਚੁੱਪ ਨਹੀਂ ਬੈਠੇਗਾ, ਕਿਉਂਕਿ ਉਹਦੀ ਨਜ਼ਰ 'ਚ ਇਹ ਸਭ ਅੰਧ ਵਿਸ਼ਵਾਸ ਹੈ ਤੇ ਉਹ ਅੰਧ ਵਿਸ਼ਵਾਸ ਤੋਂ ਨਫ਼ਰਤ ਕਰਦਾ ਹੈ। ਚੰਗਾ ਬੋਲੋ ਦੀ ਬਹਿਣਾ ਮਾਂ, ਹੁਣ ਤੱਕ ਤਾਂ ਸਭ ਕੁਛ ਠੀਕ ਚੱਲ ਰਿਹਾ ਸੀ, ਬਸ ਦੌੜ ਜਿੱਤਣ ਤੋਂ ਪਹਿਲਾਂ ਪੈਰ ਮੁੜ ਗਿਆ ਸਾਡਾ। ਫਿਰ ਤੁਸੀਂ ਦੱਸੋ ਪਾਪਾ ਅਸੀਂ ਕੀ ਕਰੀਏ? ਮੈਂ ਤਾਂ ਕਹਿੰਦੀ ਹਾਂ ਕਿ ਉਸ ਕੁੜੀ ਸ਼ਿਵਿਕਾ ਨੂੰ ਪਰਮਾਨੈਂਟ ਖਤਮ ਹੀ ਕਰ ਦਿੰਦੇ ਹਾਂ। ਕਿਉਂਕਿ ਵੈਸੇ ਵੀ ਉਹ ਸਾਡਾ ਰਾਸਤਾ ਜਾਣ ਹੀ ਚੁੱਕੀ ਹੈ। ਤੇ ਹੁਣ ਮੈਂ ਕਿਸੇ ਵੀ ਕੀਮਤ ਤੇ ਉਸ ਕੁੜੀ ਨੂੰ ਇਸ ਘਰ 'ਚ ਨਹੀਂ ਰਹਿਣ ਦਾਂਗੀ। ਕਿਉਂਕਿ ਉਹਦਾ ਇਸ ਘਰ 'ਚ ਰਹਿਣ ਦਾ ਮਤਲਬ ਮੇਰੀ ਗੱਦੀ ਨੂੰ ਅੱਗ ਲੱਗਣ ਦੇ ਬਰਾਬਰ ਹੈ। ਅੱਗ? ਹਾਂ ਅੱਗ, ਤੇ ਮੈਂ ਆਪਣੀ ਅੱਖਾਂ ਦੇ ਸਾਹਮਣੇ ਆਪਣੀ ਗੱਦੀ ਨੂੰ ਸਵਾਹ ਹੁੰਦੇ ਨਹੀਂ ਦੇਖ ਸਕਦੀ। ਪਰ ਅੱਗ ਤਾਂ ਲੱਗ ਚੁੱਕੀ ਹੈ। ਕੀ ਬਕਵਾਸ ਕਰ ਰਹੇ ਹੋ? ਅੱਗ ਸਭ ਕੁਛ ਉਸ ਸ਼ਿਵਿਕਾ ਨੂੰ ਬਚਾਉਣ ਵਾਲੀ ਕੋਈ ਤਾਕਤ ਕਰ ਰਹੀ ਹੈ, ਕਿਉਂਕਿ ਮੈਂ ਦੇਖਿਆ ਉਹਦੇ ਖਿਲਾਫ ਜਾਣ ਵਾਲੇ ਨੂੰ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਨ ਵਾਲੇ ਨੂੰ ਕੋਈ ਨਾ ਕੋਈ ਸਜ਼ਾ ਜ਼ਰੂਰ ਮਿਲਦੀ ਹੈ। ਹੁਣ ਮੇਰਾ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ, ਮੈਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਖੂਨ ਸੇਵਕ, ਜਲਦੀ ਦਵਾਈਆਂ ਦਾ ਡੱਬਾ ਲੈ ਕੇ ਆਓ। ਨਹੀਂ ਪਾਪਾ, ਵਗ ਲੈਣ ਦੋ ਇਸ ਖੂਨ ਨੂੰ, ਹੁਣ ਕੋਈ ਵੀ ਦਵਾਈ ਇਸ ਦਰਦ ਨੂੰ ਘੱਟ ਨਹੀਂ ਕਰ ਸਕਦੀ, ਸਿਵਾਏ ਇੱਕ ਖਬਰ ਤੋਂ ਕਿ ਉਹ ਕੁੜੀ ਇਸ ਘਰ ਤੋਂ ਹਮੇਸ਼ਾ ਲਈ ਜਾ ਚੁੱਕੀ ਹੈ। ਪਤਾ ਕਰੋ ਪਾਪਾ, ਉਹ ਕੁੜੀ ਕਿਤੇ ਆਪਣੇ ਮਾਪਿਓ ਦੇ ਘਰ ਤਾਂ ਨਹੀਂ ਚਲੀ ਗਈ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।